ਅਕਾਲੀ ਦਲ ਦਾ ਸਾਥ ਛੱਡ ਕੇ ਨਵਾਂ ਅਕਾਲੀ ਦਲ ਬਣਾਉਣ ਵਾਲੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਹੁਣ ਬਾਦਲ ਪਰਿਵਾਰ ਤੇ ਨਵੇਂ ਇਲਜ਼ਾਮ ਲਾਏ ਨੇ। ਬ੍ਰਹਮਪੁਰਾ ਦਾ ਕਹਿਣਾ ਹੈ ਕਿ ਉਹ ਪਾਰਟੀ ਹੈ ਜਿਹੜੀ ਖੁਦ ਉਮੀਦਵਾਰ ਖੜੇ ਕਰਦੀ ਹੈ ਅਤੇ ਫਿਰ ਵਿਰੋਧੀਆਂ ਦੇ ਨਾਲ ਮਿਲ ਕੇ ਉਹਨਾਂ ਨੂੰ ਹਰਾ ਦਿੰਦੀ ਹੈ। ਹੋਰ ਕੀ ਕੁਝ ਕਿਹਾ ਬ੍ਰਹਮਪੁਰਾ ਨੇ ਤੁਸੀਂ ਵੀ ਸੁਣੋ। ਮੇਰੀਆਂ ਸਿਫਤਾਂ ਕੀਤੀਆਂ, ਮੁੜ ਕੇ ਮੇਰੀਆਂ ਲੱਤਾਂ ਖਿੱਚ ਕੇ ਮਹਾਰਾਜੇ ਦੇ ਨਾਲ ਇਹ ਬਾਦਲ ਕੇ ਸਾਰਾ ਟੱਬਰ ਰਲ ਗਏ। ਆਪ ਹੀ ਟਿਕਟ ਦੇ ਕੇ ਉਹ ਜਿਹੜੇ ਪਾਰਟੀ ਦਾ ਕੈਂਡੀਡੇਟ ਜਿਹੜਾ ਆਪ ਹੀ ਹਰਾ ਦਿੰਦੇ ਸੀ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਬ੍ਰਹਮਪੁਰਾ ਜੀ ਮੌਜੂਦ ਨੇ। ਅੱਜ ਇਹਨਾਂ ਨੂੰ ਇੱਕ ਬਹੁਤ ਵੱਡਾ ਜਿਹੜਾ ਵਾ ਹੌਂਸਲਾ ਮਿਲਿਆ ਹੈ। ਜਨਰਲ ਜੇ ਸਿੰਘ ਜਿਹੜੇ ਨੇ ਉਹ ਅੱਜ ਟਕਸਾਲੀ ਆਗੂ ਦੇ ਵਿੱਚ ਸ਼ਾਮਿਲ ਹੋ ਗਏ ਨੇ। ਬ੍ਰਹਮਪੁਰਾ ਸਾਹਿਬ ਕੀ ਕਹਿਣਾ ਚਾਹੋਗੇ ਇਹਨਾਂ ਦੇ ਜਿਹੜੇ ਸ਼ਾਮਿਲ ਹੋਣ 'ਤੇ, ਕਿਤਨਾ ਕੁ ਵੱਡਾ ਤੁਹਾਨੂੰ ਕੀ ਬੋਲ? ਜਨਰਲ ਜੇ ਸਿੰਘ ਕੋਈ ਆਮ ਆਦਮੀ ਨਹੀਂ, ਹਿੰਦੁਸਤਾਨ ਦੀ ਬਹੁਤ ਵੱਡੀ ਪਰਸਨੈਲਿਟੀ ਆ। ਹਿੰਦੁਸਤਾਨ ਦੀਆਂ ਬਹੁਤ ਸ਼ਕਤੀਸ਼ਾਲੀ ਜਿਹੜੀਆਂ ਫੌਜਾਂ ਨੇ ਉਹਨਾਂ ਦੇ ਕਮਾਂਡਰ ਇਨ ਚੀਫ ਰਹੇ ਨੇ, ਗਵਰਨਰ ਵੀ ਰਹੇ ਨੇ, ਅੱਜ ਉਹ ਸਾਡੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ। ਬਹੁਤ ਵੱਡੀ ਸਾਨੂੰ ਸ਼ਕਤੀ ਮਿਲੀ ਆ, ਬਲ ਮਿਲਿਆ ਵਾ ਹਾਂਜੀ, ਔਰ ਮੈਂ ਸਮਝਦਾ ਵੀ ਇਹਦੇ ਨਾਲ ਸਾਡੀ ਪਾਰਟੀ ਜਿਹੜੀ ਆ ਬਹੁਤ ਮਜ਼ਬੂਤ ਹੋਈ ਆ। ਬ੍ਰਹਮਪੁਰਾ ਸਾਹਿਬ ਇਹਨਾਂ ਨੇ ਇਲਜ਼ਾਮ ਵੀ ਲਗਾਏ ਕਿ ਅਕਾਲੀ ਦਲ 'ਤੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਨੂੰ ਹਰਾਉਣ ਦੀ ਹਰ ਇੱਕ ਕੋਸ਼ਿਸ਼ ਕੀਤੀ ਗਈ। ਕੀ ਸਮਝਦੇ ਹੋ ਕਿੰਨੇ ਕੁ ਹੋਰ ਜਿਹੜੇ ਲੀਡਰ ਨੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਅਤੇ ਤੁਹਾਡੇ ਨਾਲ ਸ਼ਾਮਿਲ ਹੋਣ ਨੂੰ ਤਿਆਰ? ਦੇਖੋ ਜੀ, ਇਹ ਤਾਂ ਇਹਨਾਂ ਨੇ ਜਿਹੜੀ ਸਾਰੀ ਕਹਾਣੀ ਦੱਸਤੀ ਵੀ ਕਿਸ ਤਰ੍ਹਾਂ ਮੈਨੂੰ ਲਿਆਂਦਾ, ਲਿਆ ਕੇ ਖੜਾ ਕੀਤਾ, ਮੇਰੀਆਂ ਸਿਫਤਾਂ ਕੀਤੀਆਂ, ਮੁੜ ਕੇ ਮੇਰੀਆਂ ਲੱਤਾਂ ਖਿੱਚ ਕੇ ਮਹਾਰਾਜੇ ਦੇ ਨਾਲ ਇਹ ਬਾਦਲ ਕੇ ਸਾਰਾ ਟੱਬਰ ਰਲ ਗਏ ਅਤੇ ਬੁਰੀ ਤਰ੍ਹਾਂ ਜਿਹੜੀ ਮੇਰੀ ਹਾਰ ਕਰਵਾਈ, ਇਹ ਤਾਂ ਉਹਨਾਂ ਤੁਹਾਨੂੰ ਦੱਸਿਆ। ਲੇਕਿਨ ਇਹ ਕੋਈ ਪਹਿਲੀ ਵਾਰਦਾਤ ਨਹੀਂ, ਉਹ ਹਮੇਸ਼ਾ ਹੀ ਇਸ ਤਰ੍ਹਾਂ ਕਰਦੇ ਸੀ ਵੀ ਕਈ ਵਾਰ ਜਿੱਥੇ ਟਿਕਟ ਨਹੀਂ ਦੇਣਾ ਚਾਹੁੰਦੇ, ਟਿਕਟ ਉਹਨਾਂ ਨੂੰ ਮਜਬੂਰਨ ਦੇਣੀ ਪੈਂਦੀ ਸੀ ਅਤੇ ਫਿਰ ਆਪ ਹੀ ਟਿਕਟ ਦੇ ਕੇ ਉਹ ਜਿਹੜੇ ਪਾਰਟੀ ਦਾ ਕੈਂਡੀਡੇਟ ਜਿਹੜਾ ਆਪ ਹੀ ਹਰਾ ਦਿੰਦੇ ਸੀ। ਕਈਆਂ ਲੋਕਾਂ ਨੂੰ ਇਸ ਤਰ੍ਹਾਂ ਉਹਨਾਂ ਨੇ ਕੀਤਾ, ਉਹਨਾਂ ਪਾਰਟੀ ਦਾ ਬਹੁਤ ਭਾਰੀ ਨੁਕਸਾਨ ਕੀਤਾ, ਔਰ ਜਿਹੜੇ ਸੂਲ ਸਿਧਾਂਤ ਸੀ ਉਹਨਾਂ ਸਿੱਕੇ ਦੇ ਟਾਂਕੇ ਇੱਕ ਪ੍ਰਾਈਵੇਟ ਕੰਪਨੀ ਜਿਹੜੀ ਆ ਉਹ ਬਣਾ ਲਈ ਉਹਨਾਂ ਨੇ। ਜਨਰਲ ਜੇਜੇ ਸਿੰਘ ਨਾਲ ਸ਼ਾਮਿਲ ਹੋਣਾ ਕਿੰਨੀ ਕੁ ਪਾਰਟੀ ਨੂੰ ਜਿਹੜੇ ਮਜ਼ਬੂਤੀ ਮਿਲੇਗੀ? ਬਹੁਤ ਮਜ਼ਬੂਤੀ ਮਿਲੇਗੀ, ਬਹੁਤ ਮਿਲੇਗੀ। ਸਾਰੇ ਪੰਜਾਬ ਦੇ ਵਿੱਚ ਪਿੰਡ ਪਿੰਡ ਜਿਹੜੇ ਨੇ ਘੱਟੋ ਘੱਟ ਪੰਜ ਪੰਜ ਦਸ ਦਾ ਵੀਹ ਪਰਿਵਾਰ ਜਿਹੜੇ ਫੌਜੀ ਬੈਠੇ ਨੇ, ਮੇਰਾ ਖਿਆਲ ਇੱਕ ਵੀ ਬੰਦਾ ਇਹਨਾਂ ਤੋਂ ਲਾਂਭੇ ਨਹੀਂ ਜਾਏਗਾ ਜਿੱਥੇ ਅਪੀਲ ਕਰਨਗੇ। ਬ੍ਰਹਮਪੁਰਾ ਸਾਹਿਬ ਕਿਸ ਬੰਦੇ ਦੇ ਨਾਲ ਜਾਂ ਕਿਹੜੇ ਕਿਹੜੇ ਨੇਤਾਵਾਂ ਦੇ ਨਾਲ ਤੁਸੀਂ ਸੰਪਰਕ 'ਚ ਹੋ? ਔਰ 2019 ਦੀਆਂ ਜਿਹੜੀ ਇਲੈਕਸ਼ਨਸ ਆ, 13 ਦੀਆਂ 13 ਸੀਟਾਂ 'ਤੇ ਜਿਹੜਾ ਆ ਤੁਹਾਡੇ ਵੱਲੋਂ ਜਿਹੜੀ ਅਨਾਊਂਸ ਕੀਤਾ ਜਾਏਗਾ ਲੜਨ ਵਾਲਾ? ਵੇਖੋ, ਅਲਾਇੰਸ ਜਿਹੜੀਆਂ ਹੋਣੀਆਂ ਉਹਦੀਆਂ 13 ਸੀਟਾਂ ਸਾਨੂੰ ਪਾਰਟੀ ਨੂੰ ਥੋੜ੍ਹੀ ਜਿਹੀ ਸ਼੍ਰੋਮਣੀ ਕਮੇਟੀ ਨੂੰ, ਜਿੰਨੀਆਂ ਵੀ ਸਾਡੇ ਹਿੱਸੇ ਸੀਟਾਂ ਹੋਣਗੀਆਂ ਉਹਨਾਂ ਦੇ ਉੱਤੇ ਅਸੀਂ ਆਪਣੇ ਕੈਂਡੀਡੇਟ ਮਜ਼ਬੂਤ ਕੈਂਡੀਡੇਟ ਜਿਹੜੇ ਉਹ ਖੜ੍ਹੇ ਕਰਾਂਗੇ, ਉਹਨਾਂ ਦੀ ਮਦਦ ਕਰਕੇ ਉਹਨਾਂ ਨੂੰ ਜਿਤਾਉਣ ਦੀ ਕੋਸ਼ਿਸ਼ ਕਰਾਂਗੇ। ਕੱਲ੍ਹ ਧਿਆਨ ਸਿੰਘ ਮਾਂਡ ਹੋਣਾ ਨੇ ਵੀ ਕਿਹਾ ਕਿ ਤੁਹਾਡੇ ਨਾਲ ਮੀਟਿੰਗ ਹੋਈ ਆ, ਅਸੀਂ ਉਹਨਾਂ ਨੂੰ ਉਹਨਾਂ ਦੇ ਨਾਲ ਅਲਾਇੰਸ ਕਰਕੇ ਜਿਹੜਾ ਇਲੈਕਸ਼ਨ ਲੜਨਾ ਚਾਹੁੰਦੇ ਹਾਂ। ਸਿਮਰਜੀਤ ਸਿੰਘ ਮਾਨ ਹੋਣੇ ਵੀ ਮੌਜੂਦ ਸੀ? ਦੇਖੋ ਜੀ, ਸਿਮਰਜੀਤ ਸਿੰਘ ਮਾਨ, ਵੇਖੋ ਹਮ ਖਿਆਲ ਪਾਰਟੀਆਂ ਜਿਹੜੀਆਂ, ਵੇਖੋ ਮੇਰੀ ਇਕੱਲੇ ਦੀ ਤਾਂ ਕੋਈ ਗੱਲ ਨਹੀਂ, ਇਹ ਤਾਂ ਹਮ ਖਿਆਲ ਪਾਰਟੀਆਂ ਨੇ ਸਾਰਾ ਫੈਸਲਾ ਕਰਨਾ। ਅਲਾਇੰਸ ਜਿਹੜਾ ਵਾ ਸਾਡਾ ਉਹ ਚੱਲ ਰਿਹਾ, ਬਣਿਆ ਵਾ, ਸੋ ਇਸ ਕਰਕੇ ਜਿਹੜੇ ਜੇ ਸਾਰੇ ਜੋ ਫੈਸਲਾ ਕਰਨਗੇ ਉਹਦੇ ਉੱਤੇ ਫੁੱਲ ਚੜਾਵਾਂਗੇ। ਪ੍ਰਭੂ ਸਰ, ਲਾਸਟ ਕੁਸ਼ਚਨ ਹੈ ਜੀ, ਜੇ ਅਗਰ ਟਕਸਾਲੀ ਜਿਹੜੇ ਦੂਸਰੇ ਹੋਰ ਟਕਸਾਲੀ ਆਗੂ ਤੁਹਾਡੇ ਨਾਲ ਆਉਣਾ ਚਾਹੁੰਦੇ ਨੇ, ਕਿਹੜੇ ਕਿਹੜੇ ਤੁਹਾਡੇ ਸੰਪਰਕ 'ਚ ਨੇ ਹੋਰ ਜਿਹੜੇ ਟਕਸਾਲੀ ਆਗੂ? ਸਾਰੇ ਪੰਜਾਬ ਦੇ ਦਰਜਨਾਂ ਨਹੀਂ, ਸੈਂਕੜੇ ਨੇ, ਹਜ਼ਾਰਾਂ ਲੋਕ ਨੇ ਜਿਹੜੇ ਆਉਣਾ ਚਾਹੁੰਦੇ ਨੇ, ਉਹਨਾਂ ਸਾਰਿਆਂ ਨੂੰ ਅਸੀਂ ਲਿਆਵਾਂਗੇ, ਘਰ ਘਰ ਜਾਵਾਂਗੇ, ਉਹ ਵੀ ਸਾਡੇ ਕੋਲ ਆ ਰਹੇ, ਅਸੀਂ ਵੀ ਉਹਨਾਂ ਦੇ ਕੋਲ ਜਾਵਾਂਗੇ। ਭਗਵੰਤ ਮਾਨ ਨਾਲ ਗੱਲ ਹੋਈ ਦੁਬਾਰਾ ਜੀ? ਨਹੀਂ, ਭਗਵੰਤ ਮਾਨ ਨਾਲ ਕੋਈ ਮੁੜ ਕੇ ਗੱਲ ਨਹੀਂ ਹੋਈ। ਇਹ ਸਨ ਟਕਸਾਲੀ ਅਕਾਲੀ ਦੇ ਦਲ ਦੇ ਪ੍ਰਧਾਨ ਬ੍ਰਹਮਪੁਰਾ ਸਾਹਿਬ, ਜਿਨ੍ਹਾਂ ਨੇ ਦੱਸਿਆ ਕਿ ਜਨਰਲ ਜੇਜੇ ਸਿੰਘ ਦੇ ਸ਼ਾਮਿਲ ਹੋਣ ਨਾਲ ਉਹਨਾਂ ਦੀ ਜਿਹੜੀ ਪਾਰਟੀ ਨੂੰ ਕਾਫੀ ਬਲ ਜਿਹੜਾ ਆ ਉਹ ਮਿਲੇਗਾ, ਔਰ 2019 ਦੇ ਵਿੱਚ ਜਿਹੜੀਆਂ ਲੋਕ ਸਭਾ ਦੇ ਵਿੱਚ ਜਿਹੜਾ ਅਲਾਇੰਸ ਬਣੇਗਾ ਉਹ 13 ਦੀਆਂ 13 ਸੀਟਾਂ 'ਤੇ ਚੁਣਾਵ ਲੜਨਗੇ। ਗੁਰਪ੍ਰੀਤ ਸਿੰਘ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ।